ਪੰਜਾਬੀ ਲਾਈਵ ਸ਼ੋਅਜ਼ ਦੇਖ ਰਹੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਦੋਸਤੋ, ਅੱਜ ਸੁਬਾਹ ਸਾਜਰੇ ਉੱਠਦੀ ਸਾਰ ਹੀ ਸਭ ਤੋਂ ਵੱਡੀ ਖਬਰ ਫੈਲ ਗਈ। ਜੀ ਹਾਂ ਦੋਸਤੋ, ਪੰਜਾਬੀ ਇੰਡਸਟਰੀ ਦੇ ਵਿੱਚ ਸਭ ਤੋਂ ਵੱਡੀ ਖਬਰ ਇਹ ਦੱਸੀ ਜਾ ਰਹੀ ਹੈ ਕਿ ਪਰਮੀਸ਼ ਵਰਮਾ ਦੇ ਕੱਲ੍ਹ ਦੀ ਰਾਤ I-20 ਦੇ ਵਿੱਚ ਸਵਾਰ ਕੁਝ ਅਣਜਾਣ ਵਿਅਕਤੀਆਂ ਵੱਲੋਂ ਗੋਲੀਬਾਰੀ ਕਰ ਦਿੱਤੀ ਗਈ ਅਤੇ ਉਸ ਦੌਰਾਨ ਪਰਮੀਸ਼ ਵਰਮਾ ਦੇ ਇੱਕ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਏ ਅਤੇ ਹੁਣ ਉਹ ਮੋਹਾਲੀ ਫੋਰਟਿਸ ਹੋਸਪਿਟਲ ਦੇ ਵਿੱਚ ਹਨ। ਪਰਮੀਸ਼ ਵਰਮਾ ਦੀ ਹਾਲਤ ਤਾਂ ਠੀਕ ਠਾਕ ਦੱਸੀ ਜਾ ਰਹੀ ਹੈ, ਪਰ ਦੋਸਤੋ ਹੁਣੇ ਹੁਣੇ ਸਾਡੇ ਸੂਤਰਾਂ ਵੱਲੋਂ ਸਾਨੂੰ ਇਹ ਫੋਟੋਆਂ ਵਟਸਐਪ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਤੁਸੀਂ ਦੇਖ ਰਹੇ ਹੋ ਇਹ ਫੋਟੋਆਂ ਜਿਸ ਵਿੱਚ ਪਰਮੀਸ਼ ਵਰਮਾ ਬਹੁਤ ਹੀ ਗੰਭੀਰ ਹਾਲਤ ਦੇ ਵਿੱਚ ਦੇਖੇ ਜਾ ਰਹੇ ਹਨ ਅਤੇ ਡਾਕਟਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪਰਮੀਸ਼ ਵਰਮਾ ਬਿਲਕੁਲ ਠੀਕ ਹਨ ਅਤੇ ਉਹ ਹੁਣ ਨੋਰਮਲ ਹੋ ਗਏ ਹਨ, ਪਰ ਇਹ ਫੋਟੋਆਂ ਤੋਂ ਕੁਝ ਸਹੀ ਗੱਲ ਨਜ਼ਰ ਨਹੀਂ ਆ ਰਹੀ ਅਤੇ ਇਹ ਫੋਟੋਆਂ ਵਿਵਾਦਾਂ ਵੱਲ ਲੈ ਕੇ ਜਾ ਰਹੀਆਂ ਹਨ। ਸੋ ਦੋਸਤੋ, ਹੁਣ ਜਦੋਂ ਪਰਮੀਸ਼ ਵਰਮਾ ਦੇ ਅਫੀਸ਼ੀਅਲ ਪੇਜ 'ਤੇ ਜਾਂ ਉਹਨਾਂ ਦੀ ਕੋਈ ਆਪਣੇ ਕਿਸੇ ਕੋਈ ਸੂਤਰ ਬੋਲ ਕੇ ਆਪਣੇ ਮੂੰਹੋਂ ਦੱਸੇਗਾ ਕਿ ਪਰਮੀਸ਼ ਵਰਮਾ ਦੀ ਹਾਲਤ ਕਿਸ ਤਰ੍ਹਾਂ ਦੀ ਹੈ, ਉਦੋਂ ਹੀ ਇਹ ਯਕੀਨ ਕਰਨਾ ਬਣਦਾ ਹੈ ਕਿ ਪਰਮੀਸ਼ ਵਰਮਾ ਠੀਕ ਹਨ। ਸੋ ਦੋਸਤੋ, ਅਸੀਂ ਲੈ ਕੇ ਆਵਾਂਗੇ ਜਲਦੀ ਹੀ ਨਵੀਂ ਅਪਡੇਟ ਕਿ ਪਰਮੀਸ਼ ਵਰਮਾ ਦੀ ਹਾਲਤ ਹੁਣ ਕਿਸ ਤਰ੍ਹਾਂ ਦੀ ਹੈ। ਸੋ ਤੁਸੀਂ ਦੇਖਦੇ ਰਹੋ ਪੰਜਾਬੀ ਲਾਈਵ ਸ਼ੋਅਸ ਅਤੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਪਰਮੀਸ਼ ਵਰਮਾ ਲਈ ਤੁਸੀਂ ਦੁਆਵਾਂ ਕਮੈਂਟਾਂ ਵਿੱਚ ਦੇ ਸਕਦੇ ਹੋ। ਤੁਸੀਂ ਥੱਲੇ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਗੈਟ ਵੈਲ ਸੂਨ ਪਰਮੀਸ਼ ਵਰਮਾ। ਸੋ ਦੋਸਤੋ, ਹੁਣ ਦੇਖਦੇ ਰਹੋ ਪੰਜਾਬੀ ਲਾਈਵ ਸ਼ੋਅਸ। ਧੰਨਵਾਦ।